ਮੰਮੀ ਮੰਮੀ ਜੀ ਕੀ ਕਰਦੇ ਆ? ਰੋਟੀ ਖਾ ਕੇ ਹਟੀ ਆ। ਅੱਛਾ, ਇੰਨਾ ਦੁਖੀ ਹੋ ਕੇ ਕਾਹਦੇ ਬੋਲਦੇ ਆ? ਰੋਟੀ ਖਾਧੀ ਕਿ ਕੁੱਟ ਖਾਧੀ ਆ? ਰੋਟੀ ਖਾਧੀ ਆ। ਫੇਰ ਪਿਆਰ ਨਾਲ ਬੋਲੋ ਨਾ ਕਿ ਰੋਟੀ ਖਾ ਕੇ ਖੇਡੀ ਆ। ਰੋਟੀ ਖਾ ਕੇ ਹਟੀ ਆ। ਕੀ ਬਣਾਇਆ ਅੱਜ? ਕੀ ਖਾਧਾ? ਕੜੀ ਪਕੌੜੇ ਵਾਲੀ। ਕਿਹਨੇ ਬਣਾਈ? ਤੈਂ। ਤੈਂ? ਮੈਂ ਬਣਾਈ। ਅੱਛਾ, ਫੇਰ ਕਿੱਦਾਂ ਦੀ ਲੱਗੀ? ਬਹੁਤ ਸਵਾਦ। ਅੱਛਾ, ਤਾਂ ਹੀ ਤਾਂ ਮੈਂ ਫਟਾਫਟ ਰੋਟੀ ਖਾ ਲਈ, ਕੜੀ ਦੇਖ ਕੇ ਭੁੱਖ ਲੱਗ ਗਈ। ਅੱਛਾ, ਆਹੋ ਅੱਜ ਗਏ ਸੀ ਤੁਸੀਂ ਡਾਕਟਰ ਕੋਲ, ਮੈਨੂੰ ਸੱਚ ਯਾਦ ਨਹੀਂ ਰਿਹਾ ਪੁੱਛਣ ਦਾ। ਅਤੇ ਮੈਡੀਸਨ ਲੈਣ ਦੀ ਤੁਸੀਂ ਆਪਣੀ? ਲੈਣ ਦੀ ਆ। ਚੈੱਕਅਪ ਕਰ ਲਿਆ ਚੰਗੀ ਤਰ੍ਹਾਂ? ਕਰ ਲਿਆ। ਅਤੇ ਫਿਰ ਕੀ ਆਇਆ ਚੈੱਕ ਦੇ ਵਿੱਚ? ਕੀ? ਕੁਛ ਵੀ ਨਹੀਂ ਆਇਆ। ਉਹ ਕਹਿੰਦੇ ਤੁਸੀਂ ਵੱਧ ਤੋਂ ਵੱਧ ਪਾਣੀ ਦੇ 12 ਗਲਾਸ ਪੀਆ ਕਰ ਦਿਨ 'ਚ। ਹਾਂ, ਦਿਨ ਦੇ ਵਿੱਚ। ਤਾਂ ਫਿਰ ਪੀਆ ਕਰੋ। ਪੀਵਾਂ ਕਿੱਦਾਂ? ਘਰ ਗਲਾਸ ਦਾ ਹੈਗੇ 6, ਉਹ 12 ਕਹਿੰਦੇ, ਮੈਂ ਕਿੱਦਾਂ ਪੀਵਾਂ? ਮੈਂ ਤਾਂ ਇਹ ਸੋਚ ਪਈ ਹਾਂ ਮਾਤਾ, ਤੁਹਾਡਾ ਦਿਮਾਗ ਸਹੀ ਆ। 12 ਗਲਾਸ ਦਾ ਮਤਲਬ ਇਹ ਨਹੀਂ ਘਰ ਵਿੱਚ ਪੂਰੇ 12 ਗਲਾਸ ਚਾਹੀਦੇ, ਉਹ ਇੱਕ ਗਲਾਸ ਨੂੰ ਤੁਸੀਂ ਬਾਰ ਬਾਰ ਪੀ ਜਾਓ, 12 ਵਾਰੀ ਉਹੀ ਭਰ ਕੇ ਪੀ ਲਓ। ਮੈਂ ਤਾਂ ਕਿਹਾ ਖਰੇ, ਉਹ ਕਹਿੰਦੇ 12 ਭਰ ਕੇ ਰੱਖ ਲਓ, ਤਾਂ ਉਹ ਬਾਰ ਬਾਰ ਪੀ ਰਹੇ ਆ। ਓਹੋ, ਇੱਕ ਗਲਾਸ ਨੂੰ ਤੁਸੀਂ ਅੱਧੇ ਘੰਟੇ ਬਾਅਦ 15 ਮਿੰਟ ਬਾਅਦ ਇੱਦਾਂ ਪੀ ਸਕਦੇ ਆ। ਅੱਛਾ, ਮੈਂ ਤਾਂ ਇਸੇ ਸੂਰਤ ਦੇ ਵਿੱਚ ਪਈ। ਅੱਛਾ, ਆਹੋ ਬਹੁਤ ਸਿਆਣੇ ਆ ਤੁਸੀਂ। ਹੋਰ ਕੀ ਕਿਹਾ ਡਾਕਟਰ ਨੇ? ਹੋਰ ਕੀ ਕਹਿੰਦਾ, ਟਾਈਮ ਸਿਰ ਸੌਂਿਆ ਕਰ, ਤਾਂ ਮੈਨੂੰ ਨਾ ਕਲੋਕ ਲਿਆ ਕੇ ਰੱਖ ਦੇ, ਟਾਈਮ ਸਿਰ ਉੱਠਣਾ, ਟਾਈਮ ਸਿਰ ਸੌਣਾ। ਤੇ ਕਲੋਕ ਕੀ ਕਾਹਨੂੰ ਰੱਖਣਾ? ਉਹ ਫਿਰ ਟਾਈਮ ਟਾਈਮ ਤੋਂ ਸੌਣਾ ਹੋਇਆ, ਮਤਲਬ ਕਲੋਕ ਰੱਖ ਲਿਆ ਤਾਂ ਟਾਈਮ ਨਾਲ ਸੌਣਾ, ਜੱਫੀ ਪਾ ਕੇ ਸੌਣਾ ਕਲੋਕ ਨੂੰ? ਲਾਗੇ ਰੱਖੂੰਗੀ ਤਾਂ ਫੇਰ ਪਤਾ ਲੱਗੂ। ਤੇ ਉਹ ਜਿਹੜਾ ਉੱਪਰ ਤੁਹਾਡੇ ਬੈੱਡ ਦੇ ਉੱਪਰ ਲੱਗਿਆ ਕਲੋਕ, ਉਹ ਕਾਹਦੇ ਕਰਨ ਨੂੰ ਲਾਇਆ? ਉੱਥੋਂ ਟਾਈਮ ਨਾ ਦਿਸੂਗਾ ਤੁਹਾਨੂੰ? ਨਹੀਂ, ਉਹ ਤਾਂ ਮੈਨੂੰ ਦਿੱਤਾ ਉਹ ਡਾਕਟਰ ਦਾ ਕਹਿਣ ਦਾ ਮਤਲਬ ਆ। ਸੁਣਾਣੇ ਰੱਖ ਦੇ ਤੂੰ। ਓਹੋ, ਮੰਮੀ ਤੁਸੀਂ ਵੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਆ। ਆਹ ਲਓ, ਫੜੋ ਅੰਬ, ਫੜੋ ਖਾਓ ਤੇ ਕੱਟੋ, ਕਰਦਾ ਅੰਬ। ਹਲੋ ਅੰਬ, ਮੈਨੂੰ ਤੂੰ ਇਹ ਦੱਸ, ਮੈਨੂੰ ਅੰਗਰੇਜ਼ੀ 'ਚ ਕਹਿੰਦੇ ਕੀ ਆ? ਕਿਹਨੂੰ? ਆਹ ਜਿਹੜਾ ਅੰਬ ਆ। ਰਹਿਣ ਦਿਓ, ਤੁਹਾਡੇ ਇਰਾਦੇ ਨਹੀਂ ਹੈਗੇ ਖਾਣ ਦੇ, ਤੁਹਾਨੂੰ ਦੇਣਾ ਹੀ ਨਹੀਂ। ਖਾ ਲਏ ਸੀ ਨਾਲੇ। ਨਹੀਂ, ਫਿਰ ਇਹ ਕੀ ਅੰਗਰੇਜ਼ੀ ਪੁੱਛਣ ਦਾ ਕੀ ਮਤਲਬ? ਤੁਹਾਨੂੰ ਪਤਾ ਕੀ ਕਹਿੰਦੇ ਅੰਗਰੇਜ਼ੀ 'ਚ? ਆਹੋ, ਕੀ ਕਹਿੰਦੇ ਆ? ਤੂੰ ਮੈਨੂੰ ਦੱਸ। ਮੈਨੂੰ ਨਹੀਂ ਆਉਂਦਾ। ਤੈਨੂੰ ਕਿੱਦਾਂ ਨਹੀਂ ਆਉਂਦਾ? ਉੱਦਾਂ ਤਾਂ ਬਥੇਰੀ ਚਲਾਕ ਆ। ਫਿਰ ਤੁਹਾਡੇ 'ਤੇ ਜਾਣਾ ਸੀ ਚਲਾਕੀ 'ਚ। ਫੋਨ ਕੀ ਕਰਨ ਰੱਖਿਆ ਸਿਰਾਣੇ ਹੁਣ ਤੁਸੀਂ? ਫੋਨ ਮੈਂ ਰੱਖਿਆ ਆ, ਪਾਵਰ ਬੈਂਕ ਲਾਈ ਹੋਆ। ਆਹੋ, ਤੇ ਇਹ ਪਤਾ ਨਹੀਂ ਹੈ ਕੌਣ ਮੈਨੂੰ ਹੜੀ ਘੜੀ ਮੈਸੇਜ ਭੇਜਦਾ ਆ, ਵੀ ਕੀ ਬੋਲ, ਵੀ ਕੀ ਬੋਲ। ਦਿਖਾਓ ਤਾਂ। ਦੇਖਤਾ ਮਾਤਾ? ਹਾਂ, ਤੁਹਾਡਾ ਦਿਮਾਗ ਨਹੀਂ ਕੰਮ ਕਰਦਾ, ਬੈਟਰੀ ਫੁੱਲ ਆਉਣ ਡਿਆ ਵਾ, ਇਹਦਾ ਮਤਲਬ ਤੁਹਾਡਾ ਜਿਹੜਾ ਚਾਰਜ ਫੁੱਲ ਹੋ ਗਈ ਹੈ, ਬੈਟਰੀ ਬਿਊਟੀਫੁੱਲ ਹੀ ਆ। ਮੈਂ ਕਹਿੰਦੀ ਮੈਨੂੰ ਕੋਈ ਕਹੀ ਜਾਂਦਾ, ਬਹੁਤ ਸੋਹਣੀ ਤੂੰ, ਬਹੁਤ ਸੋਹਣੀ, ਮੈਂ ਤਾਂ ਇਸੇ ਵਿਚਾਰਾਂ 'ਚ ਪਈ ਹੋਈ ਹਾਂ। ਆਏ ਹਾਏ, ਬੜੀ ਖੁਸ਼ ਹੁੰਦੀ ਹੋਣੀ, ਪਤਾ ਨਹੀਂ ਕਿਹੜਾ ਬੰਦਾ ਜਾਂ ਮੁੰਡਾ ਮੈਨੂੰ ਬਿਊਟੀਫੁੱਲ ਲੈ ਕੇ ਭੇਜਦਾ, ਦੇਖ ਤਾਂ ਸਹੀ ਚਿਹਰੇ ਤਾਂ ਲਾ ਲਈਆਂ ਹੈਂ।